सलूट कर बेटा इधर वो खड़े दो परसों गल हुई छुट्टी होना 15-16 दिन की कहते हैं दादा जी का बरीना करवाना है ਅੱਜ ਉਹਨਾਂ ਦੀ ਸ਼ਹੀਦੀ ਪ੍ਰਾਪਤ ਕਰ ਗਏ ਆ ਉਹਨਾਂ ਦੀ ਸ਼ਹੀਦੀ ਤੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਮੈਂ ਬਹੁਤ ਪ੍ਰਾਊਡ ਫੀਲ ਕਰਨ ਦਿਆਂ ਹਾਂਜੀ ਵੱਡੇ ਹੋ ਕੇ ਤੁਸੀਂ ਸੈਨਾ ਵਿੱਚ ਕਰੋਗੇ ਕਿ ਸਿਵਲ ਵਿੱਚ ਸੈਨਾ ਵਿੱਚ ਹਾਂਜੀ ਕੀ ਕਹਿਣਾ ਚਾਹੁੰਦੇ ਬੇਟਾ ਮੈਂ ਇਹ ਕਹਿਣਾ ਚਾਹੁੰਦੀ ਮੇਰੇ ਪਾਪਾ ਬਹੁਤ ਬਹਾਦਰ ਹੈ ਤੇ ਮੈਂ ਵੀ ਬਹਾਦਰ ਦੀ ਬੇਟੀ ਹਾਂ ਤੇ ਮੈਂ ਬਹੁਤ ਫਖਰ ਕਰਦੀ ਹਾਂ ਕਿ ਦੇਸ਼ ਦੀ ਖਾਤਰ ਉਹ ਆਪਦੀ ਕਰ ਗਿਆ ਬਹਾਦਰ ਕਦੋਂ ਤੁਹਾਨੂੰ ਮਿਲ ਕੇ ਗਏ ਸੀ ਕਦੋਂ ਸਾਨੂੰ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਉਹਦਾ ਬਾਪ ਪੂਰਾ ਆਇਆ ਸੀ ਉਦੋਂ ਆਇਆ ਸੀ ਹੁਣ 2 ਤਰੀਕ ਨੂੰ ਆਉਣਾ ਸੀ ਉਹਨੇ ਆਪਦੇ ਬਾਪ ਦਾ ਵਰੀਨਾ ਕਰਾਉਣ ਸਾਲ ਪਿੱਛੋਂ 7 ਮਹੀਨਿਆਂ ਪਿੱਛੋਂ ਸਾਡੇ ਖੰਡ ਪਾਠ ਕਰਾਉਂਦੇ ਆ ਤੇ ਲੰਗਰ ਲਾਉਂਦੇ ਆ ਪੂਰਾ ਪਰਿਵਾਰ ਦੇਸ਼ ਦੀ ਸੇਵਾ ਕਰ ਰਿਹਾ ਪੂਰਾ ਪਰਿਵਾਰ ਬਾਪ ਵੀ ਫੌਜ ਸੀ ਭਰਾ ਵੀ ਫੌਜ ਵਿੱਚ ਆ ਮਾਮਾ ਵੀ ਮਾਸੜ ਵੀ ਇਹ ਲੜਕਾ ਜਸਵਿੰਦਰ ਸਿੰਘ ਆਪ ਅੱਗੇ ਪੋਤਰਾ ਵੀ ਕਹਿੰਦਾ ਮੈਂ ਪੋਤਰਾ ਹਾਂ ਜਾਣਾ ਹੈ ਮੈਂ ਭੇਜਣਾ ਪੁੱਤ 2 ਪੋਤੇ ਆ ਮੈਂ ਦੋਵੇਂ ਫੋਰਮੈਕ ਵਿੱਚ ਭਰਤੀ ਕਰਾਉਣੇ ਮਾਣ ਮਹਿਸੂਸ ਹੁੰਦਾ ਅੱਜ ਪੁੱਤ ਦੀ ਸ਼ਹਾਦਤ ਦੇ ਉੱਤੇ ਮਾਣ ਮਹਿਸੂਸ ਬਹੁਤ ਜ਼ਿਆਦਾ ਮੈਂ 3 ਦਿਨ ਹੋ ਗਏ ਮੈਂ ਰੋ ਕੇ ਨਹੀਂ ਵੇਖਿਆ ਕਿਉਂ ਰੋਵਾਂ ਮੇਰਾ ਪੁੱਤ ਐਡਾ ਬਹਾਦਰ ਸੀ ਮੈਂ ਨਹੀਂ ਰੋਈ ਪਹਿਲਾਂ ਨਿਸ਼ਾਨਾ ਮੈਡਲ ਹਾਂ ਇਹ ਬਹੁਤ ਬੱਚਾ ਚੰਗਾ ਸੀ ਅੱਜ ਮਾਨਾ ਤਲਵੰਡੀ ਦੇ ਨੌਜਵਾਨ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਜੀ ਨੇ ਆਪਣੇ ਮੁਲਕ ਨੂੰ ਆਪਣੇ ਸੂਬੇ ਨੂੰ ਤਾਂ ਪਿੰਡ ਮਾਨਾ ਤਲਵੰਡੀ ਨੂੰ ਮਾਣ ਬਖਸ਼ਿਆ ਸ਼ਹਾਦਤ ਦਿੱਤੀ ਆਪਣੇ ਮੁਲਕ ਲਈ ਔਰ ਇਹ ਵੀਰ ਯੋਧੇ ਨੇ ਪਰਿਵਾਰ ਦੇ ਸਾਰੇ ਜੀ
इन्हां दे पिता जी भी फौज की सेवा की थी, इन्हां दे वड्डे ब्रदर भी हुण पिछे जे रिटायर होए आ, इन्हां नूं खुद वीर चक्कर मिलिया, इन्हां दे भैनोई भी फौज है। तो मैं देख रहा सगा कि उन्हां दी बेटी अपने पिता जी नूं कॉफिन नूं सल्यूट कर रही सी और उन्हां दा बेटा ये कह रहा मैं भी फौज ज्वाइन करनी है, ये जज्बा हुंदा। और पंजाब दे योधे इन्होंने हमेशा अपने मुल्क लई शहादतां दित्तियां और जिहदी वजह नाल असीं एक मुल्क बन के बैठे हिंदुस्तान, मैं इन्हां नूं सल्यूट करदा। मेरी ड्यूटी माननीय मुख्यमंत्री चरणजीत सिंह जी चन्नी ने इस क्रमिशन ते आउण दी लाई है ते नाल 50 लाख रुपया उन्हां ने अनाउंस किया कि परिवार नूं दिता जाएगा और एक नौकरी दिती जाएगी। हालांकि कुछ नहीं, लेकिन फिर भी सरकार नूं इहो जिहे वक्त परिवार नाल खड़ा होना चाहिए, इसलिए मैं